ਸਸ਼ਿਆ ਗਾਲ ਤੁਸੀਂ ਦੇਖ ਰਹੇ ਹੋ ਸਪੋਕਸਮੈਨ ਟੀਵੀ ਮੈਂ ਹਾਂ ਤੁਹਾਡੇ ਨਾਲ ਨਵਦੀਪ ਕੌਰ ਇੱਕ ਪਾਸੇ ਕਿੰਨਾ ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਵੱਡੇ ਪੱਦਰ ਤੇ ਰੋਸ ਮੁਜ਼ਾਹਰੇ ਤੇ ਦੂਜੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਕਿਉਂਕਿ ਲਗਾਤਾਰ ਹਰਿਆਣਾ ਬਾਰਡਰ ਦੇ ਉੱਤੇ ਕਿਸਾਨਾਂ ਦੀ ਜੋ ਹੈ ਪੁਲਿਸ ਦੇ ਨਾਲ ਤੱਕਾਮੁਕੀ ਹੁੰਦੀ ਵਿਖਾਈ ਦੇ ਰਹੀ ਹੈ ਪਾਣੀ ਦੀਆਂ ਬੋਛਾਰਾਂ ਸੁੱਟੀਆਂ ਜਾ ਰਹੀਆਂ ਨੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਜਿਸ ਦੇ ਚਲਦੇ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਇੱਕ ਵਾਰ ਫਿਰ ਜੋ ਬਿਆਨ ਨਰਿੰਦਰ ਸਿੰਘ ਤੋਮਰ ਦੇ ਵੱਲੋਂ ਦਿੱਤਾ ਗਿਆ ਹੈ ਉਹ ਉਸ ਦੇ ਵਿੱਚ ਸਾਫ਼ ਤੌਰ ਤੇ ਜ਼ਾਹਰ ਹੋ ਰਿਹਾ ਹੈ ਕਿ ਕੇਂਦਰ ਸਰਕਾਰ ਆਪਣੇ ਫੈਸਲੇ ਤੇ ਅਟੱਲ ਵਿਖਾਈ ਦੇ ਰਹੀ ਹੈ ਆਪਣੇ ਫੈਸਲੇ ਤੋਂ ਟਸ ਤੋਂ ਮਸ ਹੁੰਦੀ ਵਿਖਾਈ ਨਹੀਂ ਦੇ ਰਹੀ ਜੀ ਹਾਂ ਗੱਲਬਾਤ ਕਰਦੇ ਹੋਏ ਨਰਿੰਦਰ ਸਿੰਘ ਤੂਮਰ ਨੇ ਸਾਫ਼ ਤੌਰ ਤੇ ਆਖ ਦਿੱਤਾ ਹੈ ਕਿ ਸਾਡੇ ਵੱਲੋਂ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਛੇਤੀ ਹੀ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਹੱਲ ਕੀਤੀਆਂ ਜਾਣਗੀਆਂ ਇਸ ਤਰ੍ਹਾਂ ਰੋਸ ਮੁਜ਼ਾਰੇ ਕਰਨ ਦਾ ਕੋਈ ਫਾਇਦਾ ਨਹੀਂ ਹੈ ਇੱਕ ਵਾਰ ਫੇਰ ਉਹਨਾਂ ਵਿਸ਼ਵਾਸ ਦਿਵਾਇਆ ਹੈ ਕਿ ਫਸਲ ਦੇ ਉੱਤੇ ਜੋ ਐਮਐਸਪੀ ਹੈ ਉਹ ਖਤਮ ਨਹੀਂ ਹੋਏਗੀ ਜੋ ਕੇਂਦਰ ਸਰਕਾਰ ਦੇ ਵੱਲੋਂ ਖੇਤੀ ਕਾਨੂੰਨ ਲਿਆਂਦੇ ਗਏ ਨੇ ਕਿਸਾਨਾਂ ਦੇ ਲਈ ਬਹੁਤ ਹੀ ਲਾਹੇਵੰਦ ਨੇ ਅਤੇ ਇਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੈ ਕਿਸਾਨਾਂ ਨੂੰ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ ਤੇ ਸਿਰਫ ਤੇ ਸਿਰਫ ਕਾਂਗਰਸ ਜੋ ਹੈ ਕਿਸਾਨਾਂ ਨੂੰ ਉਕਸਾ ਰਹੀ ਹੈ ਕਿਸਾਨਾਂ ਦੇ ਮੁੱਦੇ ਦੇ ਉੱਤੇ ਸਿਆਸਤ ਕਰ ਰਹੀ ਹੈ ਇਹ ਇਲਜ਼ਾਮ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਵੱਲੋਂ ਲਗਾਏ ਗਏ ਨੇ ਕਿਉਂਕਿ ਆਪਾਂ ਕੱਲ ਤੋਂ ਹੀ ਵੇਖ ਰਹੇ ਹਾਂ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਤੇ ਰੋਸ ਮੁਜ਼ਾਰੇ ਕੀਤੇ ਜਾ ਰਹੇ ਨੇ ਇਤੋਂ ਤੱਕ ਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਸ ਤਰ੍ਹਾਂ ਉਹਨਾਂ ਨੇ 26 ਤੇ 27 ਨਵੰਬਰ ਨੂੰ ਦਿੱਲੀ ਵਿਖੇ ਜਾ ਕੇ ਰੋਜ਼ ਮੁਜ਼ਾਰੇ ਕਰਨ ਦਾ ਫੈਸਲਾ ਕੀਤਾ ਸੀ ਤਾਂ ਕਿਸਾਨ ਵੀ ਆਪਣੇ ਫੈਸਲੇ ਤੇ ਅਟੱਲ ਰਹਿੰਦੇ ਹੋਏ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਬਾਰਡਰ ਦੇ ਉੱਤੇ ਹੀ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਬੈਰੀਗੇਟ ਲਗਾਏ ਜਾ ਰਹੇ ਨੇ سنگਲਾਂ ਦੇ ਨਾਲ ਬਨ ਕੇ ਮਿੱਟੀ ਦੇ ਢੇਰ ਲਗਾਏ ਜਾ ਰਹੇ ਨੇ ਪਾਣੀ ਦੀਆਂ ਬੋਛਾਰਾਂ ਸੁੱਟੀਆਂ ਜਾ ਰਹੀਆਂ ਨੇ ਅਤਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਕਿਸਾਨਾਂ ਨੂੰ ਰੋਕਿਆ ਜਾ ਸਕੇ ਪਰ ਕਿਸਾਨ ਲਗਾਤਾਰ ਅੱਗੇ ਵਧਦੇ ਵਿਖਾਈ ਦੇ ਰਹੇ ਨੇ ਇਸ ਸਬ ਦੇ ਵਿਚਾਲੇ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਜੋ ਝੜਪ ਹੋਈ ਹੈ ਕੀ ਕੁਝ ਕਹਣਾ ਹੈ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਤੁਹਾਨੂੰ ਸੁਣਾਉਣੇ ਹੈ नेतृत्व में भारत सरकार देश भर के किसानों के हितों के प्रति प्रतिबद्ध प्रति है मोदी सरकार ने एमएसपी को डेढ़ गुना किया एक लाख करोड़ का एग्रीकल्चर के क्षेत्र में इंफ्रास्ट्रक्चर पर काम करना प्रारंभ कर दिया है दस हजार एफ बनाने का काम चल रहा है ये सारे जो काम हैं ये किसान की आमदनी 2022 दो तक दोगुनी हो इस दिशा में महत्वपूर्ण कदम हैं जहाँ तक एग्रीकल्चर में नए कानून का सवाल है ये नए कानून भी आने वाले कल में किसान के जीवन में क्रांतिकारी बदलाव लाने वाले हैं मैंने इससे पूर्व भी अधिकारी के स्तर पर मेरे स्वयं के स्तर पर किसान बंधुओं से यूनियन से मैंने बातचीत की काफ़ी बातचीत हुई है और हमने कहा था कि यह बातचीत जारी रहेगी आने वाले कल में तीन दिसंबर को फिर यह वार्ता आमंत्रित की गई है मैं आपके माध्यम से सभी किसान भाइयों और बहनों को अनुरोध करना चाहता हूं कि चर्चा के माध्यम से ही रास्ते निकलते हैं भारत सरकार चर्चा के लिए खुले मन से तैयार है आंदोलन का रास्ता छोड़कर चर्चा के लिए सभी किसान यूनियन के लोग आए हम लोग जरूर तो तुम सुनिया कि केंद्रीय खेती बड़ी मंत्री साफ तौर पर कहें विखाई दे रहे हैं कि जो का खेती बाड़ी के कानून ਕੇਂਦਰ ਦੀ ਸਰਕਾਰ ਦੇ ਵੱਲੋਂ ਉਹ ਬਹੁਤ ਹੀ ਫਾਇਦੇਮੰਦ ਨੇ ਕਿਸਾਨਾਂ ਦੇ ਲਈ ਇਹਨਾਂ ਦੀ ਆਮਦਨ ਵੀ ਦੁੱਗਣੀ ਹੋਵੇਗੀ ਪਰ ਦੂਜੇ ਪਾਸੇ ਕਿਸਾਨ ਜੋ ਇਹ ਖੇਤੀ ਕਾਨੂੰਨ ਲਿਆਂਦੇ ਗਏ ਨੇ ਉਹਨਾਂ ਨੂੰ ਕਾਲੇ ਕਾਨੂੰਨ ਘਰਾਰ ਦੇ ਰਹੇ ਨੇ ਇਸ ਅਪਦੇ ਵਿਚਾਲੇ ਵੱਡੀਆਂ ਹਿੰਸਕ ਛੜਪਾ ਵੇਖਣ ਨੂੰ ਮਿਲ ਰਹੀਆਂ ਨੇ ਕਈ ਕਿਸਾਨ ਆਗੋਂ ਨੂੰ ਹਿਰਾਸਤ ਦੇ ਵਿੱਚ ਲੈਣ ਦੀ ਵੀ ਸੂਚਨਾ ਪ੍ਰਾਪਤ ਹੋਈ ਹੈ ਸਾਡੇ ਸੂਤਰਾਂ ਦੇ ਹਵਾਲੇ ਤੋਂ ਤਾਂ ਕਿ ਕਿਸਾਨਾਂ ਦੇ ਵਾਅਦੇ ਰੋ ਨੂੰ ਘਟਾਇਆ ਜਾ ਸਕੇ ਆ ਤੁਹਾਨੂੰ ਵਿਖਾਉਨੇ ਆ ਕਿ ਕਿਸ ਤਰ੍ਹਾਂ ਪੁਲਿਸ ਤੇ ਕਿਸਾਨਾਂ ਦੇ ਵਿਸਕਾਰ ਇਹ ਝੜਪ ਵੇਖਣ ਨੂੰ ਮਿਲੀ ਕਿਸ ਤਰ੍ਹਾਂ ਤੱਕਾ ਮੁਕੀ ਹੋਈ ਕਿਸ ਤਰ੍ਹਾਂ ਪਾਣੀ ਦੇ ਬੋਚਾਰਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਤਾਂ ਇੱਕ ਪਾਸੇ ਕਿਸਾਨਾਂ ਦਾ ਗੁੱਸਾ ਦੂਜੇ ਪਾਸੇ ਪੁਲਿਸ ਦੀ ਅੜੀ ਤੇ ਕਿੰਦਰ ਸਰਕਾਰ ਦੀ ਅੜੀ ਇਹ ਅੜੀ ਦੇ ਵਿੱਚ ਹੁਣ ਕੌਣ ਆਪਣੇ ਪੈਰ ਪਿੱਛਾ ਨੂੰ ਲੈਂਦਾ ਇਹ ਵੇਖਣਾ ਦਿਲਚਸਪ ਹੋਵੇਗਾ ਤੇ 3 ਦਸੰਬਰ ਨੂੰ ਜੋ ਮੀਟਿੰਗ ਦਾ ਸੱਦਾ ਕਿਸਾਨਾਂ ਨੂੰ ਦਿੱਤਾ ਗਿਆ ਉਹ ਮੀਟਿੰਗ ਕਿਹੜੇ ਰੰਗ ਲਿਆਉਂਦੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਮੰਗ ਨੂੰ ਪ੍ਰਵਾਨ ਕਰਦੀ ਹੈ ਜਾਂ ਫਿਰ ਕਿਸਾਨ ਦੇ ਜੋ ਨੇ ਅੱਗੇ ਝੁਕਦੇ ਨੇ ਕੇਂਦਰ ਸਰਕਾਰ ਦੇ ਅੱਗੇ ਇਹ ਖੇਤੀ ਕਾਨੂੰਨਾਂ ਨੂੰ ਪ੍ਰਵਾਨ ਕਰਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜਿਸ ਤਰ੍ਹਾਂ ਦੀਆਂ ਹੁਣ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਸ ਤੋਂ ਸਾਫ਼ ਤੌਰ ਤੇ ਜ਼ਾਹਿਰ ਹੋ ਰਿਹਾ ਹੈ ਕਿ ਕਿਸਾਨ ਕਿਸੇ ਵੀ ਕੀਮਤ ਤੇ ਝੁਕਣ ਵਾਲੇ ਨਹੀਂ ਹਨ ਅਚੇਹ ਦੇ ਵਿੱਚ 3 ਦਸੰਬਰ ਦੀ ਮੀਟਿੰਗ ਦਾ ਕੀ ਨਤੀਜਾ ਨਿਕਲਦਾ ਹੈ ਇਹ ਵੇਖਣਾ ਦਿਲਚਸਪ ਹੋਵੇਗਾ ਫਿਲਹਾਲ ਦੇ ਇਸ ਅਪਡੇਟ ਵਿੱਚ ਨਹੀਂ ਜੁੜਨੋ ਸਪੋਕਸਮੈਨ ਟੀਵੀ ਦੇ ਨਾਲ